ਮੇਰਾ ਨਾਮ ਵੀਰੇ ਮਨਮੋਹਨ ਸਿੰਘ। ਮਨਮੋਹਨ ਸਿੰਘ ਕਿਹੜੇ ਪਿੰਡ ਦੇ ਨਾਲ? ਪਿੰਡ ਵੀਰੇ ਝੋਲਾ। ਤੇ ਅੱਜ ਬਾਜ਼ਾਰ 'ਚ ਕੀ ਹਾਦਸਾ ਹੋਇਆ? ਬਾਜ਼ਾਰ 'ਚ ਵੀਰੇ ਅਸੀਂ ਨਾ ਸਮਾਨ ਖਰੀਦ ਕੇ ਆਪਦੇ ਪਿੰਡ ਨੂੰ ਇੱਥੇ ਜਾ ਰਹੇ ਸੀਗੇ, ਤਾਂ ਮਗਰ ਦੀ ਸਾਡੇ ਜਿੰਨ ਗੱਡੀ ਆ ਰਹੀ ਸੀ, ਜਿਹਦਾ ਕਿ ਡਰਾਈਵਰ ਸੀ ਉਹ ਗੱਡੀ ਦਾ, ਉਹਦੀ ਦਾਰੂ ਪੀਤੀ ਵੀ ਸੀ ਉਹਨੇ ਪਹਿਲਾਂ ਸਾਡੇ ਵਿੱਚ ਮਾਰੀ ਗੱਡੀ, ਫਿਰ ਉਹਨੇ 3-4 ਮੋਟਰਸਾਈਕਲਾਂ ਦੇ ਵਿੱਚ ਹੋਰ ਮਾਰੀ। ਗਾਂਹ ਜਾ ਕੇ ਜਦੋਂ ਇੱਕ ਮੋਟਰਸਾਈਕਲ ਦੇ ਵਿੱਚ ਵੱਜਿਆ ਤਾਂ ਗੱਡੀ ਉਹਦੀ ਬੰਦ ਹੋ ਗਈ ਉੱਥੇ ਉੱਥੇ ਉਹਨੂੰ ਮਜਬੂਰ ਨਾਲ ਰੁਕਣਾ ਪਿਆ। ਜਦੋਂ ਉੱਥੇ ਆਸ ਪਾਸ ਦੇ ਦੁਕਾਨਾਂ ਵਾਲੇ ਆਏ ਦੁਕਾਨਦਾਰ, ਉਹਨਾਂ ਨੇ ਜਦੋਂ ਦੇਖਿਆ ਤਾਂ ਉਹ ਡਰਾਈਵਰ ਤੋਂ ਜਦੋਂ ਪਤਾ ਕੀਤਾ ਗਿਆ ਤਾਂ ਉਹ ਕਹਿੰਦਾ ਵੀ ਮੇਰੀ ਦਾਰੂ ਪੀਤੀ ਆ, ਉਹਦਾ ਕਰਕੇ ਫਿਰ ਜਿਵੇਂ ਸਾਡਾ ਤਕਰੀਬਨ 2-3 ਮੋਟਰਸਾਈਕਲਾਂ ਦਾ ਨੁਕਸਾਨ ਹੋ ਗਿਆ, ਸਾਡਾ ਵੀ ਹੋ ਗਿਆ, ਅਤੇ ਸੱਟਾਂ ਲੱਗੀਆਂ ਸਾਡੇ ਵੀ, ਹੁਣ ਅਸੀਂ ਹੋਸਪਿਟਲ ਦੇ ਵਿੱਚ ਆਗੇ। ਨਹੀਂ, ਮੇਰੇ ਨਾਲ ਮੇਰੀ ਪਤਨੀ ਨਾਲ, ਇਹਨਾਂ ਦੇ ਵੀ ਐਕਸਰਾ ਕਰਾਇਆ ਵੀਰੇ, ਹਜੇ ਗੁੱਝੀਆਂ ਸੱਟਾਂ ਇਹਨਾਂ ਨੇ ਮੇਰੇ, ਹੁਣ ਆਹ ਹੱਥ 'ਤੇ, ਪੈਰ 'ਤੇ, ਲੱਤ 'ਤੇ ਮੇਰੇ ਬਾਹਰ ਵੀ ਹੈ। ਤੁਹਾਨੂੰ ਲੱਗਦਾ ਵੀ ਸ਼ਰਾਬ ਪੀ ਕੇ ਇੱਦਾਂ ਗੱਡੀ ਚਲਾਉਣਾ ਸ਼ਹਿਰ ਦੇ ਵਿੱਚ? ਇਹ ਤਾਂ ਜੀ ਹੁਣ ਬਹੁਤ, ਸਭ ਤੋਂ ਜਿਵੇਂ ਕਹਿ ਦਈਏ ਵੀ ਸਭ ਤੋਂ ਵੱਡੀ ਗਲਤੀ ਇਹੀ ਆ, ਇੱਕ ਤਾਂ ਸ਼ਰਾਬ ਪੀਤੀ ਉੱਪਰ ਦੀ ਬਾਜ਼ਾਰ ਦੇ ਵਿੱਚ, ਜਮ੍ਹਾਂ ਤੁਸੀਂ CCTV ਕੈਮਰੇ ਦੇ ਵਿੱਚ ਚੈੱਕ ਹੀ ਕੀਤਾ, ਤੁਸੀਂ ਆਪ ਦੇਖ ਲਓ ਵੀ ਬੰਦਾ ਜਮ੍ਹਾਂ ਬਾਜ਼ਾਰ ਦੇ ਵਿੱਚ ਗੱਡੀ ਲਈ ਫਿਰਦਾ, ਅਤੇ ਤੁਸੀਂ ਇਹ ਵੀ ਦੇਖ ਲਿਓ ਵੀ 4-5 ਮੋਟਰਸਾਈਕਲ ਉਹਨੇ ਲਪੇਟ ਦੇ ਵਿੱਚ ਲਏ ਆ। ਚਲੋ ਅਸੀਂ ਪਹਿਲਾਂ ਆ ਗਏ ਕਰਕੇ ਸਾਡੇ ਸੱਟਾਂ ਜ਼ਿਆਦੇ ਆ, ਬਾਕੀ ਵੀ ਮੋਟਰਸਾਈਕਲਾਂ ਦਾ ਨੁਕਸਾਨ ਹੋਇਆ, ਜਿਹੜੀ ਆ ਗੱਡੀ ਦੇ ਵਿੱਚ ਲਾਸਟ ਦੇ ਵਿੱਚ ਉਹਦਾ ਵੀ ਨੁਕਸਾਨ ਬਹੁਤ ਆ, ਉਹਦਾ ਵੀ ਮੋਟਰਸਾਈਕਲ ਸਾਰਾ ਟੁੱਟ ਗਿਆ। ਪੰਜਾਬ ਦੇ ਵਿੱਚ ਐਕਸੀਡੈਂਟ ਹੋਇਆ ਕਿ? ਹਾਂਜੀ, ਐਕਸੀਡੈਂਟ ਹੋਇਆ, ਮੌਕੇ 'ਤੇ ਪਹੁੰਚੇ ਆ ਜੀ, ਇੱਕ ਕਾਰ ਵਾਲਾ ਸੀ, ਜੈਨ ਕਾਰ ਵਾਲਾ, ਉਹਨੇ 2-3 ਮੋਟਰਸਾਈਕਲਾਂ ਦਾ ਨੁਕਸਾਨ ਕੀਤਾ, ਅਤੇ ਜੋ ਬਿਆਨ ਆਏ ਤੋਂ ਜੋ ਵੀ ਬਣਦੀ ਕਾਰਵਾਈ ਕੀਤੀ। ਕੌਣ ਸੀਗਾ ਕਾਰ ਵਾਲਾ? ਕਾਰ ਵਾਲਾ ਜੀ ਸਾਡੇ ਮੌਕੇ 'ਤੇ ਫੜਿਆ ਹੋਇਆ, ਮੌਕੇ ਦੇ ਰਹਿਣ ਵਾਲਾ ਹੀ, ਲੋਕਲ ਹੀ ਹੈ, ਅਜੇ ਪਤਾ ਕਰਨਾ ਬਾਕੀ ਆ ਕਿਹੜਾ ਲੈ ਕੇ ਉਠਾਉਣੇ। ਸਰ, CCTV ਸਾਹਮਣੇ ਹੈ ਜਿਹਦੇ ਵਿੱਚ ਪਹਿਲਾਂ ਉਹ ਮੋਟਰਸਾਈਕਲਾਂ ਵਾਲੇ ਨੂੰ ਟੱਕਰ ਮਾਰਦਾ, ਉਸ ਤੋਂ ਬਾਅਦ ਜਗਾੜੂ ਰਹਿ ਰਹੇ ਨੂੰ ਟੱਕਰ ਮਾਰਦਾ, ਲੋਕਾਂ ਨੇ ਫੜ ਲਿਆ, ਕਹਿੰਦੇ ਦਾਰੂ ਪੀਤੀ ਹੋਈ ਹੈ ਜੀ। ਹਾਂਜੀ ਹਾਂਜੀ, ਪਤਾ ਲੱਗਿਆ ਦਾਰੂ ਪੀਤੀ ਆ, ਤਾਂ ਕੋਈ ਨਹੀਂ ਜੀ, ਮਲਾਇਆ ਕਰਾ ਕੇ ਉਹਦਾ ਜੋ ਵੀ ਬਿਆਨ ਆਊਗਾ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ। ਸੱਟਾਂ ਕਿੰਨੀਆਂ ਕੁ ਵੱਜੀਆਂ ਮੋਟਰਸਾਈਕਲ ਵਾਲਿਆਂ ਦੀ? ਸੱਟਾਂ ਕੋਈ ਜ਼ਿਆਦਾ ਨਹੀਂ, ਮੋਟਰਸਾਈਕਲ ਜ਼ਿਆਦਾ ਨੁਕਸਾਨ ਹੋਇਆ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਕਾਰਵਾਈ ਜਦੋਂ ਕੋਈ ਬਿਆਨ ਲਿਖਾਊਗਾ ਕਾਰਵਾਈ ਕਰ ਦਾਂਗੇ।